ਸਵਾਗਤ ਹੈ ਇੱਕ ਵਾਰੀ ਫਿਰ ਤੁਹਾਡੇ ਆਪਣੇ ਚੈਨਲ ਪੰਜਾਬ ਲਾਈਵ ਦੇ ਉੱਤੇ, ਅਤੇ ਗੱਲ ਕਰਾਂਗੇ ਪੰਜਾਬ ਦੀਆਂ ਖਬਰਾਂ, ਰਾਜਨੀਤੀ ਅਤੇ ਮੌਸਮ ਬਾਰੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਬਾਰੇ। ਸੂਬੇ 'ਚ ਜ਼ਿਆਦਾਤਰ ਜ਼ਿਲ੍ਹਿਆਂ 'ਚ ਨਿਕਲੀ ਤੇਜ਼ ਧੁੱਪ ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਤਾਜ਼ਾ ਹਾਲ। ਗੱਲ ਕਰੀਏ ਤੁਹਾਨੂੰ ਮੌਸਮ ਵਿਭਾਗ ਵੱਲੋਂ ਜੋ ਜਾਣਕਾਰੀ ਮਿਲੀ ਹੈ, ਸੂਬੇ 'ਚ ਸ਼ਨਿਚਰਵਾਰ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤੇਜ਼ ਧੁੱਪ ਨਿਕਲੀ ਅਤੇ ਕੁਝ ਹਲਕਾ ਮੀਂਹ ਵੀ ਪਿਆ। ਪਿਛਲੇ 24 ਘੰਟੇ ਦੌਰਾਨ ਫਤਿਹਗੜ੍ਹ ਸਾਹਿਬ ਦੇ ਵਿੱਚ 59.5 mm ਮੀਂਹ ਰਿਕਾਰਡ ਕੀਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਦੀ ਵੀ ਸੰਭਾਵਨਾ ਜਤਾਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਅਗਲੀ ਖਬਰ ਦਾ ਰੁੱਖ ਕਰੀਏ। ਸਰਕਾਰ 3-0 ਕਾਰਜਕਾਲ 'ਚ ਹੀ ਲਾਗੂ ਕਰੇਗੀ ਇੱਕ ਰਾਸ਼ਟਰ ਇੱਕ ਚੋਣ ਫਾਰਮੂਲਾ। ਜਾਣੋ ਕਦੋਂ ਹੋਣਗੀਆਂ ਇਕੱਠੀਆਂ ਚੋਣਾਂ। ਇਹਨਾਂ ਲੋਕਾਂ ਨੂੰ 1 ਨਵੰਬਰ ਤੋਂ ਨਹੀਂ ਮਿਲੇਗਾ ਰਾਸ਼ਨ। ਜਾਣੋ ਰਾਸ਼ਨ ਕਾਰਡ ਤੋਂ ਕਿਉਂ ਹਟ ਜਾਵੇਗਾ ਨਾਮ। ਅਗਲੇ ਮਹੀਨਿਆਂ 'ਚ ਸੂਬੇ 'ਚ ਲੱਗਿਆ ਰਹੇਗਾ ਚੋਣ ਜਾਬਤਾ ਦਾ ਗ੍ਰਹਿਣ। ਜ਼ਮੀਨੀ ਚੋਣ ਤੋਂ ਬਿਨਾਂ ਨਾਗਰਿਕ ਕੌਸ਼ਲ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵੀ ਹਨ ਪੈਂਡਿੰਗ। ਪੰਜਾਬ ਸਰਕਾਰ ਨੇ ਪੰਚਾਇਤ ਸੰਮਤੀਆਂ ਕੀਤੀਆਂ ਭੰਗ, ਨੋਟੀਫਿਕੇਸ਼ਨ ਹੋਏ ਜਾਰੀ। ਜਲਦ ਹੋ ਸਕਦੀਆਂ ਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਅਗਲੇ ਮਹੀਨੇ ਸੂਬੇ ਵਿੱਚ ਪੰਚਾਇਤੀ ਚੋਣਾਂ ਕਰਵਾ ਸਕਦੀ ਹੈ। ਪੰਚਾਇਤਾਂ ਭੰਗ ਕਰਨ ਤੋਂ ਬਾਅਦ ਹੁਣ ਭਗਵੰਤ ਮਾਨ ਸਰਕਾਰ ਨੇ ਪੰਚਾਇਤ ਕਮੇਟੀਆਂ ਨੂੰ ਵੀ ਭੰਗ ਕਰਨ ਦਾ ਫੈਸਲਾ ਕੀਤਾ ਹੈ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੰਚਾਇਤਾਂ ਦਾ ਕੰਮ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਸੌਂਪ ਦਿੱਤਾ ਗਿਆ ਅਤੇ ਹੁਣ ਇਸ ਤੋਂ ਜਿਹੜਾ ਰਾਹ ਖੁੱਲ੍ਹਦਾ ਆ ਰਿਹਾ ਪੰਚਾਇਤੀ ਚੋਣਾਂ ਦਾ, ਤਾਂ ਸੂਬੇ ਦੇ ਵਿੱਚ ਜਲਦ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ। ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ। ਧੰਨਵਾਦ।